ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਂ ਯੂਨਿਵਰਸਿਟੀ ਟੀਵੀ ਔਰ ਮੇਰਾ ਨਾਮ ਜਤਿੰਦਰ ਸਿੰਘ ਖੇਰਾ ਪ੍ਰੋਗਰਾਮ ਮੁੱਦਾ ਔਰ ਅੱਜ ਦਾ ਮੁੱਦਾ ਜਿਹੜਾ ਆ ਉਹ ਪੂਰੇ ਪੰਜਾਬ ਦੇ ਲਈ ਕਹਿ ਲਿਆ ਕਿ ਬੜਾ ਹੀ ਗੰਭੀਰ ਮੁੱਦਾ ਆ ਮੁੱਦਾ ਦਰਅਸਲ ਮੈਂ ਸ਼ੁਰੂਆਤ ਕਰ ਦਨਾ ਇੱਕ ਪੋਲਿਟਿਕਲ ਸਟੇਟਮੈਂਟ ਹੈ ਉਸ ਤੋਂ ਹੀ ਸ਼ੁਰੂਆਤ ਕਰਦਾ ਆ ਚੰਡੀਗੜ੍ਹ ਸਾਡੇ ਲਈ ਇੱਕ ਭਾਵਨਾਤਕ ਮਾਮਲਾ ਆ ਹਾਲਾਂਕਿ ਇਹ ਜਿਹੜਾ ਸਟੇਟਮੈਂਟ ਹੈ ਇਹ ਹਰ ਸਿਮਰਤ ਕੋਰ ਬਾਦਲੇ ਐਮਪੀਜ਼ ਨੇ ਔਰ ਇਹ ਇਹਨਾਂ ਦਾ ਜੜਾ ਹੈ ਇੱਕ ਸਟੇਟਮੈਂਟ ਹੈ ਔਰ ਗ੍ਰਹਿ ਮੰਤਰੀ ਅ ਅਮਿਤ ਸ਼ਾਹ ਦੇ ਵੱਲੋਂ ਜੜਾ ਹੈ ਇਹ ਅਨਾਉਂਸ ਕੀਤਾ ਗਿਆ ਸੀਗਾ ਕਿ ਮੁਲਾਜ਼ਮਾਂ ਨੂੰ ਜੜਾਇਆ ਉਹ ਕੇਂਦਰ ਦੇ ਵਿੱਚ ਜੜੇ ਜੜਾ ਹੈ ਕੇਂਦਰੀ ਪੱਤੇ ਮਿਲਣਗੇ ਔਰ ਉਹਨਾਂ ਦੀ ਜੜੀ ਰਿਟਾਇਰਮੈਂਟ ਡੇਟ ਜੇ ਏਜ ਹੈ ਉਹ ਵੀ ਵਧਾ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਲਗਾਤਾਰ ਇਦਾਂ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਨੂੰ ਕਿਤੇ ਨਾ ਕਿਤੇ ਉਹਦੇ ਹਾਲਾਤ ਉਹ ਤਾਂ ਨਹੀਂ ਕਰਨਾ ਚਾਹੁੰਦੇ ਜਿਹੜੇ ਜੰਮੂ ਕਸ਼ਮੀਰ ਦੇ ਕੀਤੇ ਸੀਗੇ ਔਰ ਸਾਰੇ ਜਿਹੜੇ ਪੋਲਿਟੀਕਲ ਐਨਾਲਿਸਿਸਟ ਨੇ ਸਪੈਸ਼ਲੀ ਜਿਹੜੇ ਪੰਜਾਬ ਦੇ ਪੋਲਿਟੀਕਲ ਐਨਾਲਿਸਿਸਟ ਨੇ ਉਹ ਤਾਂ ਇਹ ਹੀ ਗੱਲ ਸੋਚ ਰਹੇ ਨੇ ਕਿ ਪੰਜਾਬ ਦੇ ਵਿੱਚ ਕੁਝ ਤਾਂ ਗੜਬੜ ਚੜੀ ਹੈ ਉਹ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਨਾਲ ਕੋਈ ਚੱਕਰ ਤਾਂ ਨਹੀਂ ਚਲਾਇਆ ਜਾ ਰਿਹਾ ਇਹ ਚੱਕਰ ਉਦਾਂ ਦਾ ਤਾਂ ਨਹੀਂ ਜਿਹੜਾ ਕਿ ਜੰਮੂ ਕਸ਼ਮੀਰ ਦੇ ਨਾਲ ਚਲਾਇਆ ਸੀ ਔਰ ਉਸ ਤੋਂ ਬਾਅਦ ਯੂਟੀ ਬਣਾ ਦਿੱਤੀ ਗਈ ਸੀ ਕਿ ਪੰਜਾਬ ਨੂੰ ਯੂਟੀ ਤੇ ਨਹੀਂ ਬਣਾਉਣ ਦੇ ਰਾਹ ਤੇ ਤੁਰ ਪਏ ਔਰ ਇਹ ਸਟੇਟਮੈਂਟ ਜਿਹੜੀਆਂ ਨੇ ਉਹ ਬਹੁਤ ਗੀਆਂ ਸਟੇਟਮੈਂਟਸ ਜਿਹੜੀਆਂ ਨੇ ਉਹ ਆ ਰਹੀਆਂ ਨੇ ਲਗਾਤਾਰ ਇਹਨਾਂ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ ਪਰ ਲੱਗ ਵੀ ਇਹ ਰਿਹਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਫੈਸਲੇ ਲਏ ਜਾ ਰਹੇ ਨੇ ਪਹਿਲਾਂ ਤੇ ਪਾਕਖੜਾ ਮੈਨੇਜਮੈਂਟ ਬੋਰਡ ਤੋਂ ਜਿਹੜਾ ਪੰਜਾਬ ਨੂੰ ਕੱਢ ਦਿੱਤਾ ਗਿਆ ਔਰ ਪੰਜਾਬ ਦੀ ਜਿਹੜੀ ਸਿਰਮਾਇਦਾਰੀ ਸੀ ਉਹਦੇ ਵਿੱਚ ਉਹਨੂੰ ਹਟਾ ਦਿੱਤਾ ਗਿਆ ਇਵਨ ਦੋ ਕਿ ਜਿਹੜੀ ਪੰਜਾਬ ਦੀ ਉੱਥੇ ਪੁਲਿਸ ਜਿਹੜੀ ਪੰਜਾਬ ਦੇ ਜਿਹੜੇ ਮੁਲਾਜ਼ਮ ਸਿਗੇ ਜਿਹੜੇ ਸੁਰੱਖਿਆ ਮੁਲਾਜ਼ਮ ਸਿਗੇ ਉਹਨਾਂ ਨੂੰ ਦੀ ਤਣਾਤੀ ਵੀ ਜਿਹੜੀ ਆ ਉੱਥੇ ਰੋਕ ਦਿੱਤੀ ਗਈ ਆ ਹਾਲਾਂਕਿ ਉੱਥੇ ਹੁਣ ਬੀਐਸਐਫ ਜਾਂ ਸੀਆਰਪੀਐਫ ਜਿਹੜੀ ਹੈ ਉਹ ਤਣਾਤੀ ਉਹਨਾਂ ਦੀ ਕਰ ਦਿੱਤੀ ਗਈ ਹੈ ਸੋ ਇੱਕ ਇਤੇ ਨਾ ਕਿਤੇ ਉਹ ਫੈਸਲੇ ਨੇ ਸੋ ਬਹੁਤ ਸਾਰੇ ਪੋਲਿਟਿਕਲ ਇਸ ਨੂੰ ਜਿਹੜੇ ਐਨਾਲਿਸਿਸ ਨੇ ਪੰਜਾਬ ਦੇ ਜਿਹੜੇ ਨੇ ਉਹ ਇਹ ਹੀ ਦੇਖਦੇ ਨੇ ਕਿ ਪੰਜਾਬ ਦੇ ਜਿਹੜੇ ਨੇ ਫੈਸਲੇ ਕੁਝ ਇਸ ਤਰ੍ਹਾਂ ਦੇ ਹੋ ਗਏ ਨੇ ਪੰਜਾਬ ਦੇ ਤਰੀਕੇ ਕੁਝ ਇਸ ਤਰੀਕੇ ਦੇ ਹੋ ਗਏ ਨੇ ਕਿ ਪੰਜਾਬ ਨੂੰ ਯੂਟੀ ਦੇ ਵੱਲ ਯਾਨੀ ਕਿ ਪੰਜਾਬ ਨੂੰ ਕੇਂਦਰ ਆਪਣੇ ਹਥਿਆਉਣ ਨੂੰ ਫਿਰਦੀ ਹੈ ਤੁਸੀਂ ਦੇਖਿਆ ਹੋਇਆ ਕਿ ਇਲੈਕਸ਼ਨ ਤੋਂ ਥੋੜੇ ਚਿਰ ਪਹਿਲਾਂ ਜਿਹੜਾ ਹੈ ਇੱਕ ਫੈਸਲਾ ਆਇਆ ਸੀ ਕਿ ਜਿਹੜੀ ਬੀਐਸਐਫ ਦੀ ਹੱਦਬੰਦੀ ਹੈ ਉਹ 50 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕਰ ਦਿੱਤੀ ਜਾਵੇ ਸੋ ਇੱਕ ਇਹ ਵੀ ਵੱਡਾ ਫੈਸਲਾ ਸੀਗਾ ਸੋ ਲੱਗ ਰਿਹਾ ਕਿ ਪੰਜਾਬ ਦੀ ਪਹਿਲਾਂ ਬਾਉਂਡਰੀ ਨੂੰ ਕੈਪਚਰ ਕੀਤਾ ਗਿਆ ਫਿਰ ਬਾਰ-ਬਾਰ ਇੱਕ ਸਟੇਟਮੈਂਟ ਕ੍ਰੀਏਟ ਕੀਤੀ ਗਈ ਕਿ ਪੰਜਾਬ ਦੇ ਅੰਦਰ ਜਿਹੜਾ ਹੈ ਬਹੁਤ ਵੱਡਾ ਥ੍ਰੈਟ ਹੈ ਪੰਜਾਬ ਨੂੰ ਪੰਜਾਬ ਦੇ ਅੰਦਰ ਤੁਸੀਂ ਵੇਖਿਆ ਸੀ ਕਿ ਇਲੈਕਸ਼ਨ ਦੇ ਦੌਰਾਨ ਬੰਬ ਪ ਮਿਲਣੇ ਸ਼ੁਰੂ ਹੋ ਗਏ ਉਹ ਬੰਬ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਬਾਂਬੂ ਸੀਗੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਟਿਫਰ ਬੰਬ ਲੈਣਾ ਸ਼ੁਰੂ ਹੋ ਗਏ ਸੋ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਰੈਲੀ ਹੁੰਦੀ ਹੈ ਫਿਰੋਜ਼ਪੁਰ ਰੈਲੀ ਜਿਹੜੀ ਆ ਰੱਦ ਹੋ ਜਾਂਦੀ ਹੈ ਲੋਕ ਨਹੀਂ ਉਮੜਦੇ ਵਿਰੋਧ ਹੁੰਦਾ ਹੈ ਔਰ ਪੰਜਾਬੀਆਂ ਦਾ ਕਿਤੇ ਨਾ ਕਿਤੇ ਇਹ ਵੀ ਫਨਣਾ ਹੈ ਕਿ ਸ਼ਾਇਦ ਹੁਣ ਬਦਲਾ ਖੋਰੀ ਦੀ ਰਾਜਨੀਤੀ ਪੰਜਾਬ ਦੇ ਨਾਲ ਤਾਂ ਨਹੀਂ ਹੋ ਰਹੀ ਇਹਦਾ ਵੀ ਖਦਸ਼ਾ ਆ। ਸੋ ਫਿਲਹਾਲ ਮੈਂ ਪੋਲਿਟੀਕਲ ਸਟੇਟਮੈਂਟ ਦੀ ਅੱਜ ਗੱਲ ਕਰਾਂਗਾ ਸਭ ਤੋਂ ਪਹਿਲਾਂ ਇਸ ਸਟੇਟਮੈਂਟ ਨੂੰ ਲੈ ਕੇ ਕੈਪਟਨ ਅਮਰਿੰਦਰ ਤੇ ਪ੍ਰਕਾਸ਼ ਸਿੰਘ ਬਾਦਲ ਹੁਣੀ ਜਿਹੜੇ ਨੇ ਉਹ ਆਮੋ ਸਾਹਮਣੇ ਹੋ ਕੇ ਰਹੇ ਜਿੱਥੇ ਕੈਪਟਨ ਅਮਰਿੰਦਰ ਹੁਣੀ ਕਹਿੰਦੇ ਨੇ ਕਿ ਬਹੁਤ ਚਿਰਾਂ ਤੋਂ ਮੰਗ ਸੀਗੀ ਉਹਨਾਂ ਮੁਲਾਜ਼ਮਾਂ ਦੀ ਚਾਹੇ ਉਹ ਜਿਹੜੇ ਸੀਗੇ ਉੱਥੇ ਐਜੂਕੇਸ਼ਨ ਦੇ ਵਿੱਚ ਆਉਂਦੇ ਸੀਗੇ ਚਾਹੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਅੰਦਰ ਆਉਂਦੇ ਸੀ ਸਾਇਹਤ ਮੁਲਾਜ਼ਮ ਆਉਂਦੇ ਸੀਗੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਬੜੀ ਵੱਡੀ ਮੰਗ ਸੀਗੀ ਉਹ ਮੰਗ ਪੂਰੀ ਹੋਈ ਹੈ ਇਹਦੇ ਨਾਲ ਪੰਜਾਬ ਦਾ ਜਿਹੜਾ ਹਿੱਸਾ ਹੈ 60% ਹਿੱਸਾ ਜਿਹੜਾ ਹੈ ਉਹ ਉਹਦੇ ਉਹਨੂੰ ਕੋਈ ਫਰਕ ਨਹੀਂ ਪਾਏਗਾ ਦੂਸਰੇ ਬੰਨੇ ਪ੍ਰਕਾਸ਼ ਸਿੰਘ ਬਾਦਲ ਹੁਣੀ ਕਹਿੰਦੇ ਨੇ ਕਿ ਇਹ ਸਰਾ ਸਰ ਪੰਜਾਬੀਆਂ ਦੇ ਨਾਲ ਧੋਖਾ ਹੈ ਔਰ ਪੰਜਾਬ ਨੂੰ ਪੰਜਾਬ ਦੇ ਹਿੱਥੋਂ ਪੰਜਾਬ ਨੂੰ ਹੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਸਟੇਟਮੈਂਟ ਇਹ ਹੁੰਦੀ ਆ ਕਿ 15 ਸਾਲ ਤੁਸੀਂ ਮੁੱਖ ਮੰਤਰੀ ਰਹੇ ਹੋ ਔਰ ਹਰ ਬਾਰ ਜਦੋਂ ਇਲੈਕਸ਼ਨ ਆਉਂਦੇ ਸੀਗੇ ਤੁਹਾਨੂੰ ਉਦੋਂ ਇਹ ਮੁੱਦਾ ਯਾਦ ਆਉਂਦਾ ਸੀਗਾ ਇਹ ਨਹੀਂ ਹੈ ਕਿ ਤੁਸੀਂ ਇਸ ਮੁੱਦੇ ਦੇ ਉੱਤੇ ਹੁਣੇ ਹੀ ਗੱਲ ਕੀਤੀ ਹੈ ਜੇ ਪ੍ਰਕਾਸ਼ ਸਿੰਘ ਬਾਦਲ ਦੀ ਮੈਂ ਗੱਲ ਕਰਾਂ ਤਾਂ ਇਹ ਨਹੀਂ ਹੈ ਕਿ ਤੁਸੀਂ ਹੁਣ ਇਸ ਮੁੱਦੇ ਦੇ ਉੱਤੇ ਪਹਿਲੀ ਵਾਰ ਗੱਲ ਕਰ ਰਹੇ ਹੋ ਉਹ ਹਰ ਵਾਰ ਗੱਲ ਕਰਦੇ ਨੇ ਜਦੋਂ ਇਲੈਕਸ਼ਨਾਂ ਦੀ ਗੱਲ ਕਰਦੇ ਨੇ ਤੁਹਾਨੂੰ ਸ਼ਾਇਦ ਯਾਦ ਹੋਣਗੀਆਂ 2017 ਦੀਆਂ ਇਲੈਕਸ਼ਨ ਜਦੋਂ ਕੈਂਪੇਨ ਕਰ ਰਹੇ ਸੀ ਤਾਂ ਸੁਖਬੀਰ ਬਾਦਲ ਹੁਣੀ ਇਹ ਕਹਿ ਰਹੇ ਸੀਗੇ ਕਿ ਅਸੀਂ ਪੰਜਾਬ ਨੂੰ ਦਵਾਕੇ ਹਟਾਂਗੇ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਦਾ ਹੈ ਸਾਡੀ ਜ਼ਮੀਨ ਤੇ ਉੱਤਰਿਆ ਸਾਡੇ ਪਿੰਡ ਉਜਾੜ ਕੇ ਬਣਿਆ ਹੈ ਸੋ ਅਸੀਂ ਪੰਜਾਬ ਨੂੰ ਜਿਹੜਾ ਹੈ ਉਹ ਦੁਆਰਾ ਬਣਾ ਕੇ ਬੁਣਾਗੇ ਬਹੁਤ ਸਾਰੇ ਉੱਥੇ ਸਾਡੇ ਪੰਜਾਬ ਜਿਹੜੇ ਨੇ ਪੰਜਾਬ ਦੇ ਪਿੰਡਾਂ ਝੜ ਕੇ ਇਹ ਸ਼ਹਿਰ ਬਣਿਆ ਆ ਨੇ ਸੋ 60% ਹਿੱਸਾ ਵੈਸੇ ਸਾਡਾ ਪਣਦਾ ਸੀਗਾ ਪਰ ਲੱਗਦਾ ਹੈ ਕਿ ਹੁਣ ਗਵਰਨਮੈਂਟ ਜਿਹੜੀ ਹੈ ਕੇਂਦਰ ਸਰਕਾਰ ਜਿਹੜੀ ਹੈ ਉਹ ਇਸ 60% ਨੂੰ ਵੀ ਹਿੱਟ ਕਰਨ ਜਾ ਰਹੀ ਹੈ ਸ਼ਾਇਦ ਇਹ 60% ਹੁਣ ਸਾਡਾ ਨਾਂ ਰਵੇ ਇਹ ਵੀ ਪੋਲਿਟੀਕਲ ਐਕਸਪੋਰਟ ਕਰਨ ਦੀ ਗੱਲ ਕਰ ਰਹੇ ਨੇ ਇਸ ਤੋਂ ਇਲਾਵਾ ਜੇ ਬਹੁਤ ਸਾਰੇ ਹੋਰ ਫੈਕਟਸ ਦੇਖੇ ਜਾਣ ਇਹਦੇ ਵਿੱਚ ਬਹੁਤ ਸਰੀਆਂ ਹੋਰ ਚੀਜ਼ਾਂ ਜੜੀਆਂ ਨੇ ਉਹ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਾਲਾਂਕਿ ਇਹ ਤੇ ਸੀਗਾ ਕਿ ਪੋਲਿਟੀਕਲ ਜਿਹੜਾ ਦੋਹਾਂ ਆਮ ਸਾਹਮਣੇ ਹੁੰਦੇ ਐ ਕੈਪਟਨ ਅਮਰਿੰਦਰ ਹੁਣੀ ਪਰ ਕੈਪਟਨ ਅਮਰਿੰਦਰ ਦਾ ਇੱਕ ਸੈਟ ਆਫ ਸਟੇਟਮੈਂਟ ਜਿਹੜਾ ਹੈ ਉਹ ਬਦਲਦਾ ਨਜ਼ਰ ਆ ਰਿਹਾ ਲੱਗਦਾ ਹੈ ਕਿ ਲਗਾਤਾਰ ਕੈਪਟਨ ਅਮਰਿੰਦਰ ਹੁਣੀ ਕਿਸੇ ਹੋਰ ਬੰਦੇ ਦੀ ਤੂਤੀ ਬੋਲ ਰਹੇ ਨੇ ਕਿਸੇ ਹੋਰ ਆਵਾਜ਼ ਦੇ ਵਿੱਚ ਨੇ ਸ਼ਾਇਦ ਉਹਨਾਂ ਨੂੰ ਆਪਣਾ ਪੰਜਾਬ ਜਾਂ ਉਹਨਾਂ ਨੂੰ ਪੰਜਾਬੀਅਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਵਿਸਰਦੀ ਨਜ਼ਰ ਆ ਰਹੀ ਹੈ ਉਹਨਾਂ ਦੇ ਵਿੱਚੋਂ ਸੋ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਸੋ ਇਸ ਚੀਜ਼ ਨੂੰ ਜਿਹੜਾ ਹੈ ਇਸ ਚੀਜ਼ ਦਾ ਖਮਿਆਜਾ ਸ਼ਾਇਦ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਹੁਣ ਇਹ ਤਾਂ ਗੱਲ ਸੀਗੀ ਉਹਨਾਂ ਮੁੱਖ ਮੰਤਰੀ ਜਿਹੜੇ ਰਾਜ ਕਰ ਚੁੱਕੇ ਨੇ ਮੌਜੂਦਾ ਮੁੱਖ ਮੰਤਰੀ ਮੈਂ ਬਲ ਕਰ ਰਿਹਾ ਮਾਤ ਸਾਬ ਦੀ ਭਗਵੰਤ ਮਾਨ ਜੀ ਤੇ ਭਗਵੰਤ ਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਅਮੇਸ਼ਾ ਦੇ ਵੱਲੋਂ ਉਹਨਾਂ ਮੁਲਾਜ਼ਮਾਂ ਨੂੰ ਕੇਂਦਰ ਦੇ ਨੀਮ ਦੇ ਲਾਹੇਟ ਲਾਗੂ ਕਰਨਾ ਇੱਕ ਤਰੀਕੇ ਦੇ ਨਾਲ ਸਾਜ਼ਿਸ਼ ਹੈ ਔਰ ਪੰਜਾਬ ਦੇ ਨਾਲ ਧੱਕਾ ਹੈ ਔਰ ਇਹ ਕਿਤਨਾ ਕਿਤੇ ਗੱਲ ਵੀ ਹੈ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਇਹ ਵੀ ਜਾਰੀ ਕੀਤਾ ਕਿ ਹੁਣ ਸਾਰੀਆਂ ਪਾਰਟੀਆਂ ਨੂੰ 올 ਪਾਰਟੀਆਂ ਜਿਹੜਾ ਆ ਉਹ ਉਹਨਾਂ ਨੂੰ ਇਕੱਠਿਆਂ ਹੋ ਕੇ ਇਸ ਉੱਤੇ ਕੰਮ ਕਰਨ ਦੀ ਜਿਹੜੀ ਗੱਲ ਕੀਤੀ ਜਾਣੀ ਹੈ ਸੂਬੇ ਦੀ ਵਿਰੋਧੀ ਧਿਰਾਂ ਨੇ ਪੰਜਾਬ ਦੀ ਆਪ ਸਰਕਾਰ ਨੂੰ ਵੀ ਇਸ ਉੱਤੇ ਮਾਮਲੇ ਦੇ ਉੱਤੇ ਕੇਰਿਆ ਆ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੁ ਨੂੰ ਇਕੱਠੇ ਹੋ ਕੇ ਜੜਾਇਆ ਇਹ ਕਰ ਲੈਣਾ ਚਾਹੀਦਾ ਆ ਔਰ ਗ੍ਰਹਿ ਮੰਤਰੀ ਦੇ ਇਸ ਮਾਮਲੇ ਨੂੰ ਇਸ ਜਿਹੜਾ ਡਿਸੀਜਨ ਹੈ ਉਹਨੂੰ ਪੰਜਾਬੀਆਂ ਦੇ ਨਾਲ ੱੱਕਾ ਦੱਸਿਆ ਆ ਸੋ ਕਿਤੇ ਨਾ ਕਿਤੇ ੱੱਕਾ ਹੈ ਵੀ ਪੰਜਾਬ ਦੀ ਜ਼ਮੀਨ ਹੈ ਪੰਜਾਬ ਦੇ ਲੋਕਾਂ ਦੇ ਨਾਲ ਹੈ ਔਰ 60% ਹਿੱਸਾ ਪੰਜਾਬ ਦੇ ਆ ਔਰ ਇਹ ਕਿਤੇ ਨਾ ਕਿਤੇ ਜੇ ਅਸੀਂ ਕਹਿ ਲਈਏ ਕਿ ਲੋਕਤੰਤਰ ਦੇ ਨਾਲ ਸਿੱਧਾ ਸਿੱਧਾ ਖਿਲਵਾੜ ਹੈ ਔਰ ਇਸੇ ਗੱਲ ਨੂੰ ਜੇ ਅਸੀਂ ਗੱਲ ਕਰੀਏ ਪੁਲੱਥ ਤੋਂ ਜਿਹੜੇ ਐਮਐਲਏ ਨੇ ਸੁਖਪਾਲ ਖਹਿਰਾ ਉਹਨਾਂ ਨੇ ਵੀ ਇਸ ਗੱਲ ਦਾ ਜਿਹੜਾ ਆ ਉਹ ਖਦਸ਼ਾ ਪਗਟਾਇਆ ਉਹ ਕਹਿੰਦੇ ਕਿ ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਆਂ ਤੇ ਲੋਕਤੰਤਰ ਦੇ ਵਿੱਚ ਤੱਕਾ ਨਹੀਂ ਹੁੰਦਾ ਔਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਖਾਸ ਕਰਕੇ ਬੀਜੇਪੀ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਨਾਲ ਤੱਕਾ ਕਰਦੀ ਨਜ਼ਰ ਆ ਰਹੀ ਹੈ ਔਰ ਕਿਤੇ ਨਾ ਕਿਤੇ ਸੰਘਵਾਦ ਦੇ ਉੱਤੇ ਲੋਕਤੰਤ੍ਰਿਕ ਢਾਂਚੇ ਦੇ ਉੱਤੇ ਇਹ ਵੱਡੀ ਸੱਟ ਹੈ ਇਹ ਸੁਖਪਾਲ ਖਹਿਰਾ ਦਾ ਕਹਿਣਾ ਆ ਹੁਣ ਸੁਖਪਾਲ ਖਹਿਰਾ ਦਾ ਵੀ ਇਹੀ ਕਹਿਣਾ ਆ ਪਰ ਇਹ ਕਹੇ ਲਿਆ ਕਿ ਪੰਜਾਬ ਪੁਨਰਗਠਨ ਐਕਟ 1966 ਦੇ ਵਿਰੁੱਧ ਹੈ ਉਹਨਾਂ ਨੇ ਇਸ ਵੀ ਇਹ ਵੀ ਗੱਲ ਕਹੀ ਆ ਬਹੁਤ ਸਾਰੇ ਪੋਲਿਟਿਕਲ ਸਪੋਰਟ ਕਰ ਰਹੇ ਨਹੀਂ ਕਿਉਂਕਿ ਜਿਹੜਾ ਨਵਾਂ ਪੰਜਾਬ ਹੈ ਜ ਜਨੂੰ ਅਸੀਂ ਨਿਊ ਪੰਜਾਬ ਕਹਿੰਨੇ ਆ 1 ਨਵੰਬਰ ਨੂੰ ਅਸੀਂ ਮਨਾਉਨੇ ਵੀ ਆ ਨਵਾਂ ਪੰਜਾਬ ਇਹ ਪੰਜਾਬ ਪੁਨਰਗਠਨ ਐਕਟ 1966 ਦੇ ਅੰਦਰ ਆਉਂਦਾ ਹੈ ਸੋ ਇਹ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਕਿ ਕਿਤੇ ਨਾ ਕਿਤੇ ਇਸ ਦਾ ਵੀ ਜਿਹੜਾ ਹੈ ਇਹ ਇਹ ਕਿਤੇ ਨਾ ਕਿਸੇ ਇਸ ਦੀ ਉਲੰਘਣਾ ਆ ਕਿਉਂਕਿ ਇਸ ਐਕਟ ਦੇ ਤਹਿਤ ਪੰਜਾਬ ਦਾ ਜਿਹੜਾ ਇਹ ਕਹਿੰਦੇ ਕਿ ਸੈਕਟਰੀਕਟ ਸਾਡਾ ਦੋਹਾਂ ਦਾ ਉੱਥੇ ਹੈ ਅ ਅਦਾਲਤਾਂ ਸਾਡੀਆਂ ਉੱਥੇ ਦੀਆਂ ਦੋਹਾਂ ਦੀਆਂ ਨੇ ਹਰਿਆਣਾ ਦੀ ਗੱਲ ਕਰਾਂ ਕਿਉਂਕਿ ਅਸੀਂ ਸਾਂਝੀ ਰਾਜਨੀਤੀ ਕਰ ਰਹੇ ਆ ਅ ਔਰ ਸਾਂਝੀ ਸਾਡੀ ਕੈਪੀਟਲ ਹੈ ਇਸ ਕਰਕੇ ਅਸੀਂ ਕਹਿ ਸਕਦੇ ਆ ਹੁਣ ਜੇ ਗੱਲ ਕੀਤੀ ਜਾਵੇ ਤੇ ਇਸ ਦੇ ਵਿੱਚ ਜਿਹੜਾ ਹੈ 40 ਹਰਿਆਣਾ ਦਾ ਹੈ ਔਰ 60 ਜਿਹੜਾ ਹੈ ਉਹ ਪੰਜਾਬ ਦਾ ਹੈ ਸੋ ਇਸ ਕਰਕੇ ਇਹ ਕਿਤੇ ਨਾ ਕਹਿੰਦੇ ਕਿ ਗਣੀ ਮਿਥੀ ਸਾਦਿਸ਼ ਹੈ ਬੀਜੇਪੀ ਦੀ ਪੰਜਾਬ ਨੂੰ ਟੱਕਰਾ ਲੜ ਲਈ ਕਿਉਂਕਿ ਪੰਜਾਬ ਦੇ ਨਾਲ ਮੈਂ ਪਹਿਲੇ ਵੀ ਗੱਲ ਕਰ ਚੁੱਕਾ ਕਿ ਪੰਜਾਬ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਕਰਦੀ ਨਜ਼ਰ ਆ ਰਹੀ ਹੈ ਔਰ ਕੇਂਦਰ ਦਾ ਫੈਸਲਾ ਪੁਨਰਗਠਨ ਐਕਟ ਦੀ ਔਰੰਗਣਾ ਆ ਇਹ ਅਕਾਲੀ ਦਲ ਵੀ ਕਹਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਵੀ ਇਹ ਕਹਿੰਦੇ ਨਜ਼ਰ ਆਇਆ ਦਲਜੀਤ ਸਿੰਘ ਟੀਮਾ ਨੇ ਵੀ ਇਹ ਕਿਹਾ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਲਈ ਕੇਂਦਰੀ ਸਿਵਲ ਸੇਵਾਵਾਂ ਨਿਯਮ ਲਾਗੂ ਕਰਨ ਦਾ ਫੈਸਲਾ ਨਾ ਸਿਰਫ ਪੰਜਾਬ ਦੇ ਪੁਨਰਗਠਨ ਐਕਟ ਦਾ ਚੜਾਇਆ ਉਹ ਉਦੋਂ ਲੰਕਣਾ ਹੈ ਬਲਕਿ ਇਹ ਰਾਜੀਵ ਗਾਂਧੀ ਅਤੇ ਸੰਤ ਹਰਚੰਦ ਸਿੰਘ ਹਰਜਨ ਸਿੰਘ ਲੰਗੋਵਾਲ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਉਹਨਾਂ ਕਮਿਸ਼ਨਾਂ ਦੀ ਵੀ ਕਹਿੰਦੇ ਕਿਤੇ ਰੱਖ ਤੇ ਅਲੋਘੜਾਇਆ ਪੰਜਾਬ ਸਰਕਾਰ ਕਾਨੂੰਨੀ ਬਦਲ ਤਲਾਸ਼ੇ ਇਹ ਬਾਜਵਾ ਦਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਕੱਟ ਕੀਤਾ ਸੀ ਆਪਣੀ ਕੰਸਟੀਟੂਐਂਸੀ ਦੇ ਵਿੱਚ ਉੱਥੇ ਉਹਨਾਂ ਨੇ ਆਪ ਸਰਕਾਰ ਦੇ ਉੱਤੇ ਵਰਦੇ ਨਜ਼ਰ ਆਏ ਪਰ ਕਿਤਨਾ ਕਿਤੇ ਉਹਨਾਂ ਨੇ ਵੀ ਇਸ ਮਾਮਲਾ ਸ਼ੋਇਆ ਆ ਹੁਣ ਮਸਲਾ ਇਹ ਹੈ ਕਿ ਇਹਨਾਂ ਪਾਰਟੀਆਂ ਨੂੰ ਸਟੇਟਮੈਂਟਸ ਤੋਂ ਉੱਪਰ ਉੱਠ ਕੇ ਕੁਝ ਕੰਕ੍ਰੀਟ ਕਰਨਾ ਚਾਹੀਦਾ ਅੱਜ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਰੋਜ਼ ਦੀ ਤਰ੍ਹਾਂ ਦੌਰੇ ਦੇ ਵਿੱਚ ਨੇ ਕਿਉਂਕਿ ਹਾਰ ਤੋਂ ਬਾਅਦ ਉਹ ਲਗਾਤਾਰ ਲੰਬੀ ਦੇ ਵਿੱਚ ਦੌੜਾ ਕਰ ਰਹੇ ਨੇ ਧੰਨਵਾਦ ਯਾਤਰਾ ਕਹਿ ਰਹੇ ਨੇ ਉਸ ਨੂੰ ਔਰ ਉਸ ਧੰਨਵਾਦ ਯਾਤਰਾ ਦੇ ਤਹਿਤ ਹੀ ਅੱਜ ਉਹ ਉਹਨਾਂ ਨੇ ਉੱਥੇ মিডিਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਬਹੁਤ ਮੰਦਪਾ ਗਿਆ ਔਰ ਪੰਜਾਬ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਔਰ ਉਹਨਾਂ ਨੇ ਕਿਹਾ ਕਿ ਅਸੀਂ ਦੇ ਉੱਤੇ ਜਿਹੜੀ ਹੈ ਮੀਟਿੰਗ ਕਰਾਂਗੇ ਆਪਣੀ ਕੋਰ ਕਮੇਟੀ ਦੇ ਨਾਲ ਉਸ ਤੋਂ ਬਾਅਦ ਇਹ ਦੇ ਉੱਤੇ ਅਲ ਅੱਗੇ ਵਾਲਾ ਜਿਹੜਾ ਸਟੈਪ ਹੈ ਉਹਨੂੰ ਕਰਾਂਗੇ ਸੋ ਕਿਤੇ ਨਾ ਕਿਤੇ ਵੱਡੀ ਗੱਲ ਹੈ ਪੰਜਾਬ ਦੇ ਲਈ ਬਹੁਤ ਵੱਡੀ ਗੱਲ ਹੈ ਪੰਜਾਬੀਆਂ ਦੇ ਲਈ ਬਹੁਤ ਵੱਡੀ ਗੱਲ ਹੈ ਔਰ ਕਿਉਂਕਿ ਜੇ ਅਸੀਂ ਗੱਲ ਕਰੀਏ ਕਿ ਚੰਡੀ ਨਾ ਚੰਡੀਗੜ੍ਹ ਦੇ ਨਾਲ ਸਾਡੀ ਭਾਵਨਾ ਤੱਕ ਸਾਂਝ ਹੈ ਔਰ ਪੰਜਾਬ ਦੇ ਹੀ ਪਿੰਡਾਂ ਨੂੰ ਉਜਾੜ ਕੇ ਜਿਹੜੇ ਨੇ ਉਹ ਇਹ ਬਣਾਇਆ ਗਿਆ ਹੈ ਔਰ ਪੰਜਾਬੀ ਜਿਹੜੇ ਨੇ ਓਐਸ ਦੇ ਲਈ ਲੜਨਗੇ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੈ ਸੋ ਕੱਲ ਵੀ ਜਿਹੜੀ ਸਟੇਟਮੈਂਟ ਜਿਹੜੀ ਹੈ ਉਹ ਇਸ ਗੱਲ ਤੇ ਆਈ ਹੈ ਮੈਨੂੰ ਲੱਗਦਾ ਹੈ ਕਿ ਹੁਣ ਆਲ ਪਾਰਟੀ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਨੂੰ ਇਕੱਠਿਆਂ ਹੋ ਕੇ ਇਸ ਤਰੀਕੇ ਦੇ ਨਾਲ ਅੱਗੇ ਆਉਣਾ ਚਾਹੀਦਾ ਹੈ ਸਿਆਸੀ ਧਾਰਮਿਕ ਤੇ ਮਲਜ਼ਮ ਆਗੂ ਹੋਣ ਲੱਗੇ ਨੇ ਇਕਜੁੱਟ ਕਿਉਂਕਿ ਇਹ ਇਹ ਕਿਤੇ ਨਾ ਕਿਤੇ ਵੱਡੀ ਗੱਲ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਹਰ ਕਿਸੇ ਨੂੰ ਪੰਜਾਬੀ ਨੂੰ ਚੰਡੀਗੜ੍ਹ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਪੋਲਿਟিক্যাল ਪਾਰਟੀਆਂ ਸਾਨੂੰ ਇਸ ਤਰੀਕੇ ਦੇ ਨਾਲ ਕੇਟੜ ਕਰ ਰਹੀਆਂ ਨੇ ਕਿ ਚੰਡੀਗੜ੍ਹ ਜਿਹੜਾ ਹੈ ਉਹ ਇੱਕ ਤਰੀਕੇ ਦੇ ਨਾਲ ਮੁੱਦਾ ਆ ਔਰ ਇਹਦੇ ਤੇ ਰੋਟੀਆਂ ਵੀ ਸੇਕਦੀਆਂ ਰਹੀਆਂ ਚਾਹੇ ਕੋਈ ਵੀ ਪਾਰਟੀ ਹੋਵੇ ਜੇਕਰ ਇਹਨਾਂ ਨੇ ਪਹਿਲਾਂ ਇਸ ਦੇ ਉੱਤੇ ਕੋਈ ਕਦਮ ਚੱਕਿਆ ਹੁੰਦਾ ਤਾਂ ਸ਼ਾਇਦ ਕੇਂਦਰ ਦਾ ਇਹ ਰੁਖ ਅੱਜ ਸਾਨੂੰ ਵੇਖਣ ਨੂੰ ਨਹੀਂ ਮਿਲਦਾ ਚਾਹੇ ਉਹ ਸ਼ੁਰੂ ਬਣੀ ਅਕਾਲੇ ਦਲ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਹਾਲਾਂਕਿ ਬਹੁਤ ਸਾਰੇ ਜਿਹੜੇ ਸਿੱਖ ਆਗੂ ਨੇ ਵੱਡੇ ਸਿੱਖ ਆਗੂ ਨੇ ਸਿੱਖ ਚਿੰਤਕ ਨੇ ਉਹਨਾਂ ਨੇ ਸਿੱਧੇ ਸਿੱਧੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਉੱਤੇ ਲਗਾਏ ਨਹੀਂ ਕਿਉਂਕਿ ਕਹਿੰਦੇ ਕਿ ਇਹਦੀ ਭਾਜਪਾ ਦੇ ਨਾਲ ਸਾਂਝ ਗੱਟ ਸੀਗੀ ਔਰ ਇਹਨਾਂ ਨੂੰ ਸਮੇਂ ਕਦ ਕੋਈ ਮੁੱਦਾ ਨਹੀਂ ਚੱਕਿਆ ਜਾਦ ਕਿ ਇਹ ਬੜੇ ਆਸਾਨੀ ਦੇ ਨਾਲ ਇਹ ਮੁੱਦੇ ਚੱਕ ਸਕਦੇ ਸੀਗੇ ਔਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰ ਸਕਦੇ ਸੀਗੇ ਔਰ ਫਿਲਹਾਲ ਹੁਣ ਇਸ ਦੀ ਗੱਲ ਹੈ ਨਜ਼ਰੀਆ ਹੈ ਕਿ ਇਸ ਉੱਤੇ ਕੰਮ ਕਿਵੇਂ ਕੀਤਾ ਜਾ ਸਕਿਆ ਹੁਣ ਚਲਦੇ ਚਲਦੇ ਇੱਕ ਗੱਡੀ ਗੱਲ ਦੇ ਉੱਤੇ ਮੈਂ ਗੱਲ ਕਰ ਸਕਦਾ ਕਿ ਜਦ ਤੱਕ ਇਸ ਮੁੱਦੇ ਨੂੰ ਅਸੀਂ ਉਦੋਂ ਹੀ ਜਿੱਤ ਸਕਦੇ ਹਾਂ ਜਦੋਂ ਅਸੀਂ ਇਕਜੁੱਟ ਹੋਵਾਂਗੇ ਅਸੀਂ ਬਿਲਕੁਲ ਇਕਜੁੱਟ ਹੋਏ ਸੀਗੇ ਕਿਸਾਨੀ ਅੰਦੋਲਨ ਦੇ ਟਾਈਮ ਕਿਸਾਨੀ ਅੰਦੋਲਨ ਦੌਰਾਨ ਅਸੀਂ ਜਿੱਤਿਆ ਹੈ ਔਰ ਉਸ ਤੋਂ ਬਾਅਦ ਇੱਕ 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 ਤਰੀਕੇ ਦੇ ਨਾਲ ਪਛਾਣ ਸਾਡੀ ਦੁਨੀਆ ਭਰ ਦੇ ਵਿੱਚ ਬਣ ਗਈ ਹੈ ਸੋ ਹੁਣ ਕਿਤੇ ਨਾ ਕਿਤੇ ਲੋੜ ਹੈ ਕਿ ਇਸ ਅੰਦੋਲਨ ਨੂੰ ਵੀ ਜਿੱਤਿਆ ਜਾਵੇ ਤਾਂ ਜੋ ਅਸੀਂ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਜਿਹੜਾ ਆ ਅਸੀਂ ਕਹਿੰਨੇ ਆ ਅਸੀਂ ਸਾਬਤ ਵੀ ਕਰ ਸਕੀਏ ਔਰ ਪੰਜਾਬੀ ਜਿਹੜੇ ਨੇ ਇਸ ਗੱਲ ਦੇ ਉੱਤੇ ਇਕਜੁੱਟ ਹੋ ਕੇ ਜਿਹੜੇ ਨੇ ਉਹ ਕੰਮ ਕਰਦੇ ਰਹਿਣਾ ਸੋ ਬਹੁਤ ਵੱਡੀ ਗੱਲ ਹੈ ਹੁਣ ਮੈਂ ਗੱਲ ਕਰਦਾ ਹਾਂ ਕਾਂਗਰਸੀ ਆਪ ਕੋ ਅ ਨਵਜੋਤ ਸਿੰਘ ਸਿੱਧੂ ਦੀ ਗੱਲ ਨਵਜੋਤ ਸਿੰਘ ਸਿੱਧੂ ਇਦਾਂ ਲੱਗਦਾ ਕਿ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ ਤੋਂ ਕੱਲ ਉਹਨਾਂ ਨੇ ਸੁਲਤਾਨਪੁਰ ਦੇ ਜਿਹੜੇ ਸੀਗੇ ਜਿਹੜੇ ਰਾਣਾ ਗੁਰਜੀਤ ਦੇ ਪੁੱਤਰ ਜਿਹੜੇ ਨੇ ਉੱਥੇ ਦੇ ਰਣੇ ਇੰਦਰ ਸਿੰਘ ਹੋਣਾ ਉਹਨਾਂ ਦੇ ਘਰ ਜਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਅੱਜ ਲੁਧਿਆਣਾ ਪਹੁੰਚੇ ਨੇ पांडे ਸਾਹਿਬ ਦੇ ਘਰ ਪਰ ਸਿੱਧੂ ਦੀ ਜ਼ੁਬਾਨ ਦੇ ਉੱਤੇ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਸੀ ਪੰਜਾਬੀਅਤ ਦੀ ਗੱਲ ਕਰ ਰਹੇ ਸੀਗੇ ਇੰਟੀ ਵੱਡੀ ਸਟੇਟਮੈਂਟ ਆਉਣ ਤੋਂ ਬਾਅਦ ਸ਼ਾਇਦ ਉਹਨਾਂ ਦਾ ਕੋਈ ਰਿਐਕਸ਼ਨ ਜਿਹੜਾ ਹੈ ਉਹ ਪਤਾ ਨਹੀਂ ਕਿਉਂ ਨਹੀਂ ਦੇਖਣ ਨੂੰ ਮਿਲ ਰਿਹਾ ਉਹ ਜਿਹੜਾ ਕਹਿੰਦਾ ਸੀ ਕਿ ਮੈਂ ਪੰਜਾਬ ਲਈ ਲ ਪੰਜਾਬੀ ਅੱਥਲੀ ਲੜ ਰਿਹਾ ਆ ਸੋ ਹੁਣ ਪੰਜਾਬ ਕਿੱਥੇ ਗਿਆ ਪੰਜਾਬੀ ਕਿੱਥੇ ਗਿਆ ਇਸ ਤਰੀਕੇ ਦੇ ਨਾਲ ਹੁਣ ਬਹੁਤ ਵੱਡੀ ਗੱਲ ਹੈ ਕਿ ਹੁਣ ਪੰਜਾਬ ਨੂੰ ਪੰਜਾਬ ਦੀ ਗੱਲ ਕਰਨ ਨਾਲ ਕਿੰਨੀ ਜ਼ਰੂਰੀ ਕਿੰਨੀ ਕ ਹੈ ਇਹ ਆਪਣੇ ਆਪਣੇ ਤਰੀਕੇ ਦੇ ਨਾਲ ਬਹੁਤ ਵੱਡਾ ਕਮਸਾਨ ਹੈ ਫਿਲਹਾਲ ਬਹੁਤ ਜ਼ਾਰੇ ਹੋਰ ਫੈਕਟਸ ਐਂਡ ਫਿਗਰ ਜਿਹੜੇ ਮੈਂ ਸਕਰੀਨ ਦੇ ਉੱਤੇ ਦੇਖ ਰਿਹਾ ਆ ਜਿਹੜੇ ਕੀ ਗੱਲ ਕਰ ਰਹੇ ਨੇ ਕਿ ਪੰਜਾਬ ਦੇ ਉੱਤੇ ਇੱਕ ਤਰੀਕੇ ਦੇ ਨਾਲ ਸਾਡਾ ਬਹੁਤ ਵੱਡਾ ਪੰਜਾਬ ਸੀਗਾ ਜੋ ਅਸੀਂ ਗੱਲ ਕਰੀਏ ਪੁਰਾਣੇ ਜ਼ਮਾਨੇ ਦੇ ਮਹਾਰਾਜਾ ਰਜੀਤ ਸਿੰਘ ਹੋਣਾਂ ਦੇ ਟਾਈਮ ਦੀ ਗੱਲ ਕਰੀਏ ਪੰਜਾਬ ਬਹੁਤ ਵੱਡਾ ਪੰਜਾਬ ਸੀਗਾ ਹੁਣ ਉਹ ਪੰਜਾਬ ਜਿਹੜਾ ਹੈ ਉਹ 1966 ਦੇ ਵਿੱਚ ਸੁੰਗੜਦਾ ਆ ਇਸੋ ਸੰਗਰੇਵੇ ਪੰਜਾਬ ਨੂੰ ਵੀ ਸਾਡੇ ਜਿਹੜੇ ਪੋਲੀਟਿਕਲ ਸਾਡੇ ਕੋਲ ਸਿਆਸਤਦਾਨ ਹੈ ਉਹ ਵੀ ਸ਼ਾਇਦ ਬਚਾ ਨਹੀਂ ਸਕੇ ਉਹ ਸਿਆਸਤਦਾਨ ਸ਼ਾਇਦ ਆਪਣੀ ਸਿਆਸਤ ਦੇ ਵਿੱਚ ਵੱਡੀ ਗੱਲ ਜਿਹੜੀ ਹੈ ਉਹ ਕਰਦੇ ਨਜ਼ਰ ਆ ਰਿਹਾ ਜਿਵੇਂ ਕਾਂਗਰਸ ਦੀ ਗੱਲ ਕਰਾਂ ਤੇ ਕਾਂਗਰਸ ਦੇ ਵਿੱਚ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਹਲਚਲ ਹੋ ਰਹੀ ਹੈ ਨਾ ਕਿ ਪੰਜਾਬ ਦੇ ਕਿਸੇ ਮੁੱਦੇ ਨੂੰ ਲੈ ਕੇ ਹਲਚਲ ਹੋ ਰਹੀ ਹੈ ਦੂਸਰੇ ਵੱਨੇ ਮਾਨ ਸਾਹਿਬ ਦੀਆਂ ਸਟੇਟਮੈਂਟਸ ਆ ਰਹੀਆਂ ਨੇ ਪਰ ਮਾਨ ਸਾਹਿਬ ਨੂੰ ਹੁਣ ਕੋਈ ਕੰਕਰੀਟ ਅ ਡਿਸਟ੍ਰੀਜ਼ਨ ਲੈਂਡ ਦੀ ਜ਼ਰੂਰਤ ਹੈ ਔਰ ਤੀਸਰੀ ਪ੍ਰਕਾਸ਼ਿਕ ਬਾਦਲ ਹੋਣਾ ਨਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸਵਾਰ ਤੇ ਪੰਜਾਬ ਦੇ ਨਾਲ ਜ਼ਰੂਰ ਖੜਨਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਵਿਸ਼ਾ ਹੈ ਪੰਜਾਬੀਆਂ ਦਾ ਵਿਸ਼ਾ ਹੈ ਪੰਜਾਬੀ ਜਦੋਂ ਇੱਕ ਦੂਸਰੇ ਦੇ ਨਾਲ ਖੜਦੇ ਨੇ ਤਾਂ ਫਿਰ ਪੰਜਾਬ ਦੇ ਲਈ ਅਸੀਂ ਵਧੀਆ ਕੁਝ ਕਰ ਸਕਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਹਰ ਪਾਰਟੀ ਨੂੰ ਜਿਹੜਾ ਹੈ ਅੱਗੇ ਆਉਣਾ ਚਾਹੀਦਾ ਆ ਔਰ ਇਸ ਮੁੱਦੇ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਇਸ ਮੁੱਦੇ ਦੇ ਉੱਤੇ ਵੱਧ ਚੜ ਕੇ ਅਸੀਂ ਜਿਹੜਾ ਆ ਕੰਮ ਕਰ ਸਕੀਏ ਔਰ ਪੰਜਾਬ ਦਾ ਜਿਹੜਾ ਹਿੱਸਾ ਹੈ ਚੰਡੀਗੜ੍ਹ ਉਹ ਪੰਜਾਬ ਨੂੰ ਹੀ ਮਿਲਿਆ ਰਹੇ ਨਾ ਕਿ ਪੰਜਾਬ ਦੇ ਵਿੱਚ ਯੂਟੀ ਦਾ ਖਤਸ਼ਾ ਜਿਹੜਾ ਹੈ ਉਹ ਪੂਰਾ ਹੋ ਸਕੇ ਫਿਰ ਅਸੀਂ ਇਸੇ ਉਮੀਦ ਦੇ ਨਾਲ ਕਿ ਅਸੀਂ ਸਾਰੇ ਪੰਜਾਬ ਦੇ ਲਈ ਲੜਾਂਗੇ ਪੰਜਾਬ ਦੇ ਹਿੱਤਾਂ ਲਈ ਲੜਦੇ ਰਵਾਂਗੇ ਔਰ ਤੁਸੀਂ ਦੇਖਦੇ ਰਹੋ ਪੰਜਾਬ ਮੇਲੀ ਯੂਐਸਟੀ ਵੀ ਮੈਨੂੰ ਦਿਓ ਆ ਗਿਆ ਧੰਨਵਾਦ